ਤਾਲੀਆ ਸਲੀਮ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਿਤਾ ਨੂੰ ਕੈਨੇਡੀਅਨ ਸਰਕਾਰ ਤੋਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਕਦੋਂ ਕਿਰੇ ਹੋਏ ਗਾਜ਼ਾ ਪੱਟੀ ਤੋਂ ਪਛਪਾਉਣਗੇ ਜਿੱਥੋਂ ਤੱਕ ਉਹ ਜਾਣਦੀ ਹੈ ਕਿ ਉਸ ਦੇ 68 ਸਾਲਾ ਪਿਤਾ ਸਾਮੀ ਇਲਾਕੇ ਦੇ ਦੱਖਣੀ ਹਿੱਸੇ ਵਿੱਚ ਇੱਕ ਖਾਲੀ ਜਗ੍ਹਾ ਤੇ ਇੱਕ ਤੰਬੂ ਵਿੱਚ ਸੌ ਰਹੇ ਨੇ ਇਸ ਖਬਰ ਦਾ ਇੰਤਜ਼ਾਰ ਕਰ ਰਹੇ ਨੇ ਕਿ ਉਨ੍ਹਾਂ ਦਾ ਨਾਂ ਰਾਫਾ ਪਾਰ ਕਰਨ ਦੀ ਇਜਾਜ਼ਤ ਦੇਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਲਿਸਟ ਵਿੱਚ ਜੋੜਿਆ ਜਾਵੇਗਾ ਉਹ ਮਿਸਰ ਦੀ ਸਰਹੱਦ ਪਾਰ ਕਰਨ ਤੇ ਕੈਨੇਡਾ ਵਾਪਸ ਆਉਣ ਉਸ ਦੇ ਪੈਦਾਨੋਂ ਫੋਨ ਸੇਵਾ ਬੰਦ ਹੋਣ ਤੋਂ ਬਾਅਦ ਤੋਂ ਸੰਪਰਕ ਕਰਨਾ ਮੁਸ਼ਕਲ ਹੋ ਗਿਆ ਤੇ ਉਹ ਮੁੱਖ ਰੂਪ ਨਾਲ ਆਪਣੇ ਆਲੇ ਦੁਆਲੇ ਮੌਜੂਦ ਹੋਰਨਾਂ ਲੋਕਾਂ ਦੇ ਮਾਧਿਅਮ ਰਾਹੀਂ ਇੱਕ ਦੂਜੇ ਨੂੰ ਸੁਨੇਹਾਂ ਪੇਚਣ ਤੱਕ ਸੀਮਿਤ ਰਹਿ ਗਏ ਨੇ ਉਸ ਨੂੰ ਖਬਰ ਮਿਲੀ ਕਿ ਉਹ ਆਖਰਕਾਰ ਸੋਮਵਾਰ ਨੂੰ ਨਿਕਲ ਸਕਣਗੇ ਪਰ ਫਿਰ ਪਤਾ ਲੱਗਾ ਕਿ ਗਾਜ਼ਾ ਤੇ ਮਿਸਰ ਵਿਚਾਲੇ ਸਰਹੱਦ ਬੰਦ ਕਰ ਦਿੱਤੀ ਗਈ ਹੈ ਉਹ ਇਹ ਪਤਾ ਲਗਾਉਣ ਲਈ ਕਿ ਇਸ ਦਾ ਕੀ ਮਤਲਬ ਹੋਵੇਗਾ ਗਲੋਬਲ ਅਫੇਅਰਸ ਕੈਨੇਡਾ ਦੇ ਇੱਕ ਏਜੰਟ ਕੋਲ ਪਹੁੰਚੀ ਲੰਡਨ 온ਟਾਰੀਓ ਵਿੱਚ ਰਣਵਾਲੇ ਸਲੀਮ ਨੇ ਕਿਹਾ ਉਹ ਮੇਰੇ ਕੋਲ ਵਾਪਸ ਆਏ ਤਾਂ ਕਿਹਾ ਨਹੀਂ ਉਹਨਾਂ ਨੂੰ ਸੋਮਵਾਰ ਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਸਰਹੱਦ ਬੰਦ ਹੈ ਤੇ ਦੇਰ ਹੋਵੇਗੀ। ਗਲੋਬਲ ਅਫੇਅਰਸ ਕੈਨੇਡਾ ਨੇ ਉਹਨਾਂ ਨੂੰ ਤੇ ਹੋਰ ਪਰਿਵਾਰਾਂ ਨੂੰ ਇੱਕ ਈਮੇਲ ਭੇਜ ਕੇ ਸੂਚਿਤ ਕੀਤਾ ਕਿ ਕੈਨੇਡੀਅਨ ਨਾਗਰਿਕਾਂ ਨਾਲ ਸਥਾਈ ਨਿਵਾਸੀਆਂ ਤੇ ਪਰਿਵਾਰ ਦੇ ਮੈਂਬਰਾਂ ਲਈ ਨਿਕਾਸੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਹੈ। ਪਰ ਏਜੰਸੀ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਰਫਾ ਸਰਹੱਦ ਮੁੜ ਕਦੋਂ ਖੁੱਲੇਗੀ। ਗਾਜ਼ਾ ਵਿੱਚ ਬਾਰਡਰ ਕਰਾਸਿੰਗ ਲਈ ਜਨਰਲ ਅਥਾਰਟੀ ਦੀ ਨਿਕਾਸੀ ਸੂਚੀ ਜਿਵੇਂ ਕਿ ਵਿਆਪਕ ਰੂਪ ਨਾਲ ਸਾਂਝੀ ਕੀਤੀ ਗਈ। ਗੂਗਲ ਸਬਪੈਂਡੈਂਟਸ ਤੇ ਦਰਸਾਈ ਗਈ ਸ਼ੁੱਕਰਵਾਰ ਰਾਤ ਤੋਂ ਅਪਡੇਟ ਕੀਤੀ ਗਈ ਗਲੋਬਲ ਮਾਮਲਿਆਂ ਨੇ ਕਿਹਾ ਕਿ ਸੰਗੀ ਸਰਕਾਰ ਗਾਜ਼ਾ ਵਿੱਚ 596 ਕੈਨੇਡੀਅਨ ਲੋਕਾਂ ਸਥਾਈ ਨਿਵਾਸੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਨੇ ਇਹਨਾਂ ਚੋਂ ਲਗਭਗ 450 ਲੋਕ ਉਹ ਨੇ ਜੋ ਗਾਜ਼ਾ ਛੱਡਣਾ ਚਾਹੁੰਦੇ ਨੇ